ਵਣਕਿੰਦੀ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਖਫੈ ਖਤਮ ਹੋ ਜਾਏਗੀ ਕੀ ਹਉ ਮੈਂ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਸਭ ਤੋਂ ਵੱਡੀ ਜਿਹੜੀ ਚੀਜ਼ ਪ੍ਰਾਪਤ ਹੋਏਗੀ ਕੀ ਮੈਂ ਕੁਝ ਵੀ ਨਹੀਂ ਅਸਮਰਪਣ ਸਭ ਕੁਝ ਹੋਏ ਉਤੋਂ ਤੋਂ ਤੋਂ ਦੀ ਗੱਲ ਨਹੀਂ ਸਾਧ ਸੰਗਤ ਇਹ ਉਹਨਾਂ ਦੀ ਗੱਲ ਉਤੋਂ ਤੋਂ ਤੋਂ ਦੀ ਨਹੀਂ ਹੈ ਉਹਨਾਂ ਨੂੰ ਸੱਚ ਮੋਜ ਦੇ ਵਿੱਚ ਪਰਮਾਤਮਾ ਵਿਖ ਪੈਂਦਾ ਹੈ ਵਿਖ ਪੈਂਦਾ ਹੈ ਵੱਡਾ ਉਹ ਕਹਿੰਦੇ ਨੇ ਕਹੋ ਨਾ ਨ ਕਰਤੇ ਕਿਆਂ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹੇ ਆ ਪਤਾ ਲੱਗ ਜਾਂਦਾ ਜੋ ਕੁਝ ਵੀ ਕਰ ਰਿਹਾ ਹੈ ਉਹ ਪਰਮਾਤਮਾ ਹੀ ਕਰ ਰਿਹਾ ਮੈਂ ਕੁਝ ਨਹੀਂ ਆ ਅੱਗੇ ਕਹਿੰਦੇ ਨੇ ਦੂਜੀ ਗੱਲ ਜਿਹੜੀ ਉਹਨੂੰ ਮਿਲਦੀ ਹੈ ਜਦੋਂ ਰੱਬ ਦੇ ਗੁਣ ਗਾਈਦੇ ਨਾ ਪਹਿਲੀ ਗੱਲ ਤੇ ਇਹ ਹੈ ਹਉਮੈ ਖਤਮ ਹੋ ਜਾਂਦੀ ਹੈ ਹੁਣ ਜਦੋਂ ਹਉਮੈ ਹੀ ਨਹੀਂ ਰਹੀ ਫਿਰ ਕੀ ਹੋਏਗਾ ਦੂਜੀ ਗੱਲ ਮਾਰ ਨਾਲ ਹੀ ਲਿਖ ਦਿੰਦੇ ਨੇ ਹੋ へ ਅਚਿੰਤ ਬਸ ਐ ਸੁਖ ਨਾਲ ਉਹਦੀ ਚਿੰਤਾ ਕੋਈ ਨਹੀਂ ਰਹੇਗੀ ਚਿੰਤਾ ਕਦੋਂ ਤਈ ਹੈ ਜਦੋਂ ਤਈ ਮੈਂ ਹਾਂ ਜਦੋਂ ਤਈ ਬੱਚੇ ਮੈਂ ਪਾਲਣੇ ਨੇ ਚਿੰਤਾ ਉਦੋਂ ਤਈ ਹੈ ਜਦੋਂ ਤਈ ਬੱਚਿਆਂ ਦਾ ਵਿਆਹ ਮੈਂ ਕਰਣਾ ਹੈ ਚਿੰਤਾ ਉਦੋਂ ਤਈ ਹੈ ਜਦੋਂ ਪਤਾ ਲੱਗਿਆ ਉਹਨੇ ਹੀ ਕਰਨੇ ਨੇ ਉਹਨੇ ਜਨਮੇ ਨੇ ਉਹੀ ਰੋਟੀ ਦੇ ਰਿਹਾ ਹੈ ਫਿਰ ਚਿੰਤਾ ਕਿਉਂ ਰਹੇਗੀ ਖਤਮ ਹੋ ਜਾਏਗੀ ਚਿੰਤਾ ਕਦੋਂ ਤਈ ਹੈ ਜਦੋਂ ਤਈ ਮੈਂ ਹਾਂ ਜਿੱਦ ਜਦ ਮੈਂ ਖਤਮ ਹੋ ਗਈ ਖਤਮ ਹੋ ਜਾਏਗੀ ਚਿੰਤਾ ਸਾਰਾ ਕੁਝ ਖਤਮ ਹੋ ਜਾਏਗਾ ਚਿੰਤਾਵਾਂ ਤੇ ਝੋਰੇ ਉਦੋਂ ਤੇ ਹੀ ਮਨੁੱਖ ਨੂੰ ਹੈਗੇ ਨੇ ਇਸ ਕਰਕੇ ਜਿਹੜਾ ਚਿੰਤਾ ਕਰ ਰਿਹਾ ਹੈ ਨਾ ਕਦੇ ਵੇਖਣਾ ਉਧਰ ਉਹਦਾ ਰੱਬ ਨਾਲ ਸੰਬੰਧ ਨਹੀਂ ਹੋਏਗਾ ਚਿੰਤਾ ਵਾਲੇ ਨੂੰ ਘੱਟੋ ਘਾਟੋ ਗੁਰੂ ਦਾ ਸਿੱਖ ਤੇ ਨਹੀਂ ਹੋਏਗਾ ਜਿਹਨੂੰ ਚਿੰਤਾ ਹੋਏਗੀ ਮੈਂ ਤੇ ਇਹ ਗੱਲ ਸਪਸ਼ਟ ਤੌਰ ਤੇ ਕਹਿ ਸਕਦਾ ਪਰ ਜਿਹਨੂੰ ਘੱਟੋ ਘਾਟ ਰਿਜਕ ਦੀ ਚਿੰਤਾ ਹੈ ਉਹਦੇ ਬਿਲਕੁਲ ਹੀ ਨਹੀਂ ਹੈ ਗੁਰੂ ਨਾਨਕ ਦਾ ਸਿੱਖ ਤੇ ਉਹ ਨਹੀਂ ਗੁਰੂ ਨਾਨਕ ਤੇ ਇਹ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਤੇ ਜਿਹੜਾ ਚਿੰਤਾ ਕਰਿਆ ਫਿਰ ਅੱਗੋ ਸਵਾਲ ਪਤਾ ਕੀ ਆਏਗਾ ਚਲੋ ਇਹ ਗੱਲ ਕਹਿਣੀ ਹੀ ਸੋਖੀ ਹੈ ਬਾਬੇ ਤੇ ਕਹਿ ਦਿੰਦੇ ਨੇ ਜ਼ਿੰਦਗੀ ਵਿੱਚ ਵਰਤੀਏ ਤੇ ਪਤਾ ਲੱਗੇਗਾ ਐਸੀ ਗੱਲ ਨਹੀਂ ਹੈ ਗੁਰੂ ਨਾਨਕ ਨੇ ਜ਼ਿੰਦਗੀ ਵਿੱਚ ਵਰਤੇ ਆ ਤਾਂ ਹੀ ਉਹਨਾਂ ਲਿਖਿਆ ਹੈ ਕਿ ਗੁਰੂ ਨਾਨਕ ਸੰਨਿਆਸੀ ਨਹੀਂ ਸਨ ਗ੍ਰਸਤੀ ਸਨ ਨੂ ਨਾਨਕ ਸਨ ਕੋਈ ਸੰਨਿਆਸੀ ਨਹੀਂ ਸਨ ਸਾਡੇ ਵਰਗੇ ਸਨ ਗ੍ਰਸਤੀ ਸਨ ਉਹਨਾਂ ਦੇ ਬੱਚੇ ਵੀ ਸੀ ਪਰਿਵਾਰ ਵੀ ਸੀ ਐਵੇਂ ਨਹੀਂ ਉਹਨਾਂ ਗੱਲ ਕਹੀ ਉਹਨਾਂ ਗ੍ਰਸਤੀ ਦੇ ਵਿੱਚ ਰਹਿੰਦੇ ਆ ਇਹ ਗੱਲ ਕਹੀ ਹੈ ਚਿੰਤਾ ਨਾ ਕਰੋ ਕਿਉਂ ਸਾਰਿਆਂ ਦੀ ਚਿੰਤਾ ਪਰਮੇਸ਼ਰ ਕਰ ਰਿਹਾ ਹੈ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਓ ਪਰਿਆ ਤੂੰ ਉਦਮਾਂ ਵਿੱਚ ਕਿਉਂ ਲੱਗਿਆ ਕਿਉਂ ਚਿੰਤਾਵਾਂ ਵਿੱਚ ਲੱਗਿਆ ਹੋਇਆ ਹੈ ਜੇ ਦੰ ਪਰਮਾਤਮਾ ਨੂੰ ਚਿੰਤਾ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਉਹਨੂੰ ਚਿੰਤਾ ਹੈ ਕਿਨੂੰ ਜਿਹਨੂੰ ਜਿੰਨੇ ਇਹ ਦੁਨੀਆ ਬਣਾਈ ਹੈ ਜਿੰਨੇ ਸਾਰਾ ਪਸਾਰਾ ਰਚਿਆ ਹੈ ਉਹਨੂੰ ਚਿੰਤਾ ਹੈ ਉਹਦਾ ਖੇਡ ਹੈ ਦੁਨੀਆ ਔਰ ਅਸੀਂ ਖੇਡ ਖੇਡ ਨੂੰ ਬਹੁਤ ਕੋ ਸੇਰੀਅਸ ਲੈ ਬੈਠੇ ਆ ਇਹ ਉਹਦਾ ਖੇਡ ਹੈ ਉਹਨੇ ਚਲਾਉਣਾ ਹੈ ਕਿਸੇ ਨੂੰ ਵੱਡਾ ਕਰ ਦੇਣਾ ਕਿਸੇ ਨੂੰ ਛੋਟਾ ਕਰ ਦੇਣਾ ਕਰ ਉਹਨੀ ਮਰਜ਼ੀ ਹੈ ਚਲ ਇੱਕ ਹੋਰ ਵੀ ਗੱਲ ਕਰ ਲਈਏ ਜੇ ਚਿੰਤਾ ਕਰ ਲਵਾਂਗੇ ਫਿਰ ਸਾਰੇ ਕੰਮ ਠੀਕ ਹੁੰਦੇ ਨੇ ਕਿਤੇ ਇਹ ਵੇਖ ਲਓ ਚਲੋ ਜੇ ਚਿੰਤਾ ਕਰ ਵੀ ਲਵਾਂਗੇ ਕਿ ਚਿੰਤਾ ਕਰਨ ਨਾਲ ਰੋਗ ਠੀਕ ਹੋ ਜਾਣਗੇ ਜੇ ਘਰ ਵਿੱਚ ਕੋਈ ਸਮੱਸਿਆ ਆ ਗਈ ਹੈ ਤੇ ਚਿੰਤਾ ਕਰੀ ਜਾਓ ਕਰੀ ਜਾਓ ਉਹ ਨਾਲ ਕੀ ਠੀਕ ਹੋ ਜਾਏਗੀ ਕਿ ਜੋ ਅਲਾਮਤ ਲੱਗੀ ਹੈ ਬਿਮਾਰੀ ਲੱਗੀ ਹੈ ਜਾਂ ਘਰ ਦੇ ਵਿੱਚ ਕੋਈ ਮੁਸ਼ਕਲ ਹੈ ਕਿ ਚਿੰਤਾ ਕਰਨ ਨਾਲ ਉਹ ਠੀਕ ਹੋ ਜਾਂਦੀ ਹੈ ਨਹੀਂ ਸੋ ਕੋਈ ਸਰੀਰ ਖਰਾਬ ਹੋ ਜਾਂਦਾ ਹੋਰ ਵੱਜ ਜਾਂਦਾ ਚਿੰਤਾ ਕਰਨ ਨਾਲ ਆਪਣਾ ਸਰੀਰ ਖਰਾਬ ਹੁੰਦਾ ਹੈ ਠੀਕ ਕੁਝ ਨਹੀਂ ਹੁੰਦਾ ਚਿੰਤਾ ਨਾਲ ਇਸ ਕਰਕੇ ਮਹਾਰਾਜ ਜੀ ਚਿੰਤਾ ਤੇ ਨਾ ਕਰ ਉਹ ਪਰਮਾਤਮਾ ਦਾ ਚਿੰਤਨ ਕਰ ਸਕੋ ਜੇ ਸਮੱਸਿਆ ਹੈ ਜੇ ਕੋਈ ਸਮੱਸਿਆ ਹੈ ਫਿਰ ਚਿੰਤਾ ਨਾ ਕਰ ਚਿੰਤਨ ਕਰਕੇ ਦਾ ਪਰਮਾਤਮਾ ਦਾ ਜਿਨੇ ਦੁਨੀਆ ਬਣਾਈ ਔਰ ਰੋਗ ਠੀਕ ਕਰਨ ਵਾਲਾ ਬਾਣੀ ਇਹ ਕਹਿੰਦੀ ਹੈ ਪਾਸ਼ੰ ਕਰੋਤ ਅਗਰੀਣ ਵਾ ਨਿਰਾਸ਼ਾ ਅਸਪੂਰਨ ਪਰਮਾਤਮਾ ਨਿਰਾਸ਼ੀਆਂ ਦੀ ਆਸ ਪੂਰੀ ਕਰਦਾ ਹੈ ਜਿਨ੍ਹਾਂ ਕੋਲ ਧਨ ਨਹੀਂ ਉਹਨਾਂ ਨੂੰ ਧਨ ਵੀ ਦੇ ਦਿੰਦਾ ਹੈ ਪਰ ਇੱਕ ਗੱਲ ਯਾਦ ਰੱਖਣਾ ਸਾਧ ਸੰਗਤ ਧਨ ਦੇ ਨਾਲ ਦੁਨਿਆਵੀ ਧਨ ਦੇ ਨਾਲ ਚਿੰਤਾਵਾਂ ਨਹੀਂ ਜਾਣਗੀਆਂ ਚਿੰਤਾਵਾਂ ਖਤਮ ਹੋਣਗੀਆਂ ਨਾਮ ਧਨ ਨਾਲ ਓਵੇਂ ਨਹੀਂ ਹੋਣਗੀਆਂ ਜੇ ਇਹ ਸਮਝ ਲਈਏ ਮੇਰੀ ਚਿੰਤਾ ਤਾਂ ਮੇਰੇ ਕੋਲ ਦੁਨਿਆਵੀ ਧਨ ਘਟ ਹੈ ਇਰਤੇ ਅਸੀਂ ਬਿਲਕੁਲ ਗੁਰੂ ਨਾਨਕ ਤੋਂ ਬਿਲਕੁਲ ਉਲਟ ਹਾਂ ਚਿੰਤਾ ਦਾ ਕਾਰਨ ਇਹ ਨਹੀਂ ਵੀ ਦੁਨਿਆਵੀ ਧਨ ਘਟ ਹੈ ਚਿੰਤਾ ਦਾ ਕਾਰਨ ਇਹ ਹੈ ਨਾਮ ਧਨ ਘਟ ਹੈ ਪ੍ਰਮਾਤਮਾ ਦਾ ਨਹੀਂ ਪਤਾ ਲੱਗਿਆ ਹਜੇ ਤਾਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਟਾਈਮ ਆ ਕਈ ਵਾਰੀ ਇਹ ਬੇਨਤੀ ਕੀਤੀ ਹੈ ਕਿ ਸਿੱਖ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨੇ ਤੂੰ ਇੱਥੇ ਸੰਥਿਆ ਦਿਆ ਕਰ ਭਾਈ 6 ਮਹੀਨੇ ਇੱਥੇ ਲਗਾ ਨੰਦਪੁਰ ਸਾਹਿਬ ਮਹਾਰਾਜ ਪਿੱਛੇ ਬੱਚੇ ਨੇ ਉਹ ਕਿਵੇਂ ਪੜਨਗੇ ਤੂੰ ਬੱਚਿਆਂ ਦੀ ਚਿੰਤਾ ਨਾ ਕਰ ਬੱਚੇ ਆਪਣੇ ਆਪ ਹੀ ਪੜ ਜਾਣਗੇ। ਨੇ ਮਹਾਰਾਜ ਮੈਂ ਨਾ ਹੋਵਾਂਗਾ ਤਾਂ ਰੋਟੀ ਕੌਣ ਖਵਾਏਗਾ? ਇਹਨੇ ਭਾਈ ਤੂੰ ਨਾ ਵੀ ਹੋਵੇਂਗਾ ਫਿਰ ਵੀ ਪੜ ਜਾਣਗੇ। ਬੜੇ ਮਹਾਰਾਜ ਨਾ ਕਰੇ ਬੜੇ ਐਸੇ ਪਰਿਵਾਰ ਦੇਖੇ ਨੇ ਜਿਨ੍ਹਾਂ ਬੱਚਿਆਂ ਦੇ ਮਾਪੇ ਚਲੇ ਜਾਂਦੇ ਨੇ ਕੀ ਉਹ ਬੱਚੇ ਨਹੀਂ ਪੜਦੇ ਭੁੱਖੇ ਮਰ ਜਾਂਦੇ ਨੇ? ਐਸਾ ਨਹੀਂ ਹੈ। ਪਤਾ ਨਹੀਂ ਕਿੱਡੇ ਵਧੀਆ ਪੜ ਜਾਣ। ਇਹ ਕੋਈ ਪਤਾ ਨਹੀਂ ਕਿਸੇ ਨੂੰ। ਐਨੇ ਮਹਾਰਾਜ ਮੇਰੇ ਬੱਚੇ ਭੁੱਖੇ ਮਰ ਜਾਣਗੇ ਮੈਂ ਨਹੀਂ ਇੱਥੇ ਸੰਥਿਆ ਦੇਣੀ ਚਲੋ ਗੁਰੂ ਜੀ ਦੇ ਕਹਿਣ ਕਮਾਣ ਤੋਂ ਲੱਗ ਗਿਆ ਉੱਥੇ ਸੰਥਿਆ ਦੇਣ ਹੁਣ ਸੰਥਿਆ ਤੇ ਦਿੰਦਾ 8 ਮਹੀਨੇ ਧਿਆਨ ਪਿੱਛੇ ਹੀ ਹੁਣ ਪ੍ਰਮਾਤਮਾ ਨੇ ਵਿੱਧ ਕੀ ਬਣਾਈ ਲੋਕਾਂ ਦੇ ਦਿਲਾਂ ਵਿੱਚ ਵਸ ਪਿਆ ਇਹਨੇ ਭਾਈ ਇਹ ਕੱਚਾ ਇਹਦਾ ਮਕਾਨ ਹੈ ਮੀਹਾਂ ਦਾ ਟਾਈਮ ਹੈ ਪਤਾ ਨਹੀਂ ਕਿੱਧਰ ਗਿਆ ਤੇ ਮੁੜਿਆ ਹੀ ਨਹੀਂ ਚਲੋ ਇਕੱਠੇ ਹੋਏ ਦਾ ਮਕਾਨ ਹੀ ਪੱਕਾ ਕਰ ਦਿਓ ਸਾਰੇ ਪਿੰਡ ਨੇ ਮਕਾਨ ਨੂੰ ਪੱਕਾ ਕਰਦਿਆ ਇਨੇ ਰੋਟੀ ਪਾਣੀ ਖਾਣ ਨੂੰ ਨੇ ਇਕੱਠੇ ਹੋਏ ਨੂੰ ਆਟਾ ਪਾਣੀ ਦੇ ਉਹ ਦੇ ਦਿੱਤਾ ਬੱਚੇ ਛੋਟੇ ਨੇ ਦੁੱਧ ਵਾਸਤੇ ਮਾਝ ਵੀ ਦੇ ਦੇ ਉਹ ਵੀ ਦੇ ਦਿੱਤੀ ਸਾਰਾ ਕੁਝ ਦੇ ਕੇ ਬੱਚੇ ਤੇ ਲੈੰਦੇ ਨੇ ਆਨੰਦ ਕਹਿੰਦੇ ਪਿਤਾ ਇੱਥੇ ਹੁੰਦਾ ਸੀ ਭੁੱਖੇ ਮਰਦੇ ਸੀ ਗਰੀਬੀ ਨਿਕਲੀ ਨਹੀਂ ਇਹ ਵਾਵਾ 6 ਮਹੀਨੇ ਚ ਹੀ ਨਿਕਲ ਗਈ ਹੈ ਉਹ ਹੁਣ ਉੱਥੇ ਪਰੇਸ਼ਾਨ ਐ ਬੈਠਾ ਬੇਟਾ ਕਿਉਂ ਵੀ ਮੇਰੇ ਕੀਤੇ ਬਿਨਾਂ ਕਿਤੇ ਬੱਚੇ ਖਤਮ ਹੋ ਗਏ ਹੋਣਗੇ ਇਹ ਹਰੇਕ ਮਨੁੱਖ ਨੂੰ ਝੋਲਾ ਪੈਂਦਾ ਹੈ ਕੱਲੇ ਨੂੰ ਨਹੀਂ ਉਹਨੂੰ ਕੱਲੇ ਨੂੰ ਨਹੀਂ ਪੈ ਰਿਆ ਇਹ ਝੋਲਾ ਹਰੇਕ ਮਨੁੱਖ ਨੂੰ ਹੀ ਪੈਂਦਾ ਵੀ ਜਿਵੇਂ ਦੁਨੀਆ ਦਾ ਜਿਹੜਾ ਰਥ ਹੈ ਨਾ ਮੇਰੇ ਅਨੁਸਾਰ ਹੀ ਚੱਲ ਰਿਹਾ ਹੈ ਜਦੋਂ ਦੁਨੀਆ ਤੋਂ ਮੈਂ ਚਲੇ ਜਾਣਾ ਕਿਤੇ ਦੁਨੀਆ ਰੁਕ ਜਾਣੀ ਹੈ ਐਵੇਂ ਨਹੀਂ ਹੈ ਅਕੀਲਾ ਕਿੱਡਾ ਵੱਡਾ 1194 ਚ ਬਣਿਆ ਐਡੇ ਵੱਡੇ ਕਿਲਿਆਂ ਵਾਲੇ ਹੋ ਕੇ ਚਲੇ ਗਏ ਦੁਨੀਆ ਉਵੇਂ ਚੱਲਦੀ ਹੈ ਆ ਵੱਡੇ ਵੱਡੇ ਕੰਦ ਬਾਰੀ ਸੀ ਸਾਰੀ ਤਰੋੜੀ ਦੀ ਸਾਰੀ ਤਰੋੜੀ ਦਾ ਵੱਡਾ ਮਨੁੱਖੋ ਚਲਾ ਗਿਆ ਤੇ ਕਿਤੇ ਤਰੋੜੀ ਰੁਕ ਗਈ ਹੈ ਜਲਦੀ ਪਈ ਉਵੇਂ ਇਤੋਂ ਵੱਡਾ ਤਾਂ ਕਿੰਨੇ ਹੋਣਾ 1194 ਦੀ ਗੱਲ ਹੈ। ਪ੍ਰithvi ਰਾਜ ਵਰਗੇ ਇਥੋਂ ਚਲੇ ਗਏ ਨੇ ਸਾਡੇ ਸਾਹਮਣੇ ਆ। ਕਿ ਦੁਨੀਆ ਦੇ ਰੱਥ ਰੁੱਕ ਗਏ ਨੇ ਰਾਜੇ ਸਣ ਹੋਤੇ। ਨਹੀਂ ਰੁਕੇ। ਇਹ ਦੁਨੀਆ ਐਵੇਂ ਹੀ ਚੱਲਣੀ ਹੈ। ਠੀਕ ਹੈ। ਕਦੇ ਖੁਸ਼ੀ ਹੈ ਕਦੇ ਗਮੀ ਹੈ। ਮਨੁੱਖ ਨੂੰ ਦੁੱਖ ਹੈ, ਚਿੰਤਾ ਹੈ, ਕਿਉਂ ਆਪਣੇ ਆਪ ਨੂੰ ਕੁਝ ਸਮਝਦਾ ਹੈ। ਹਜੇ ਇਹ ਮੈਂ ਸਿੱਧੇ ਲਫ਼ਜ਼ਾਂ ਚ ਕਹ ਦਿਆਂ ਨਾਸਤਕ ਹੈ। ਪ੍ਰਮਾਤਮਾ ਨੂੰ ਮੰਨਦਾ ਹੀ। ਜਿਹੜਾ ਚਿੰਤਾਵਾਂ ਵਿੱਚ ਪਿਆ ਹੋਇਆ ਸਿੱਧੇ ਲਫ਼ਜ਼ਾਂ ਚ ਕਹਿ ਦਈਏ ਨਾਸਤਕ ਹੈ। ਆਸਤਕ ਨਹੀਂ ਹੈ। ਆਪ ਜੀ ਕੋਲ ਕਮਾਲ ਹੋ ਗਈ ਐਵੇਂ ਐਵੇਂ ਕਿਵੇਂ? ਮਹਾਰਾਜ ਕਹਿੰਦੇ ਨੇ ਜਦੋਂ ਪ੍ਰਮਾਤਮਾ ਹੈ ਜੇ ਤੂੰ ਪ੍ਰਮਾਤਮਾ ਨੂੰ ਮੰਨਦਾ ਹੈ ਫਿਰ ਤੂੰ ਚਿੰਤਾ ਕਿਹੜੀ ਗਲਤੀ ਕਰਦਾ। ਬਾਣੀ ਨੇ ਤੇ ਉਦਾਹਰਣ ਵੀ ਦਿੱਤਾ ਹੈ। ਕਹਿੰਦੇ ਕਦੀ ਵੇਖੀ ਕਛਵਾ ਹੈ ਨਾ ਜਿਹੜਾ ਬੜਾ ਵੱਡਾ ਉਦਾਹਰਣ ਦਿੱਤਾ ਹੈ ਮਹਾਰਾਜ ਨੇ। ਭਗਤ ਧੰਨਾ ਜੀ ਨੇ ਤੈਨੂੰ ਉਦਾਹਰਣ ਦਿੱਤੇ ਨੇ ਆਪਣੇ ਸ਼ਬਦ ਦੇ ਵਿੱਚ। ਅਚਿੰਤ ਰਹਿਣ ਦੇ। ਇਲਾਵਾ ਉਦਾਹਰਣ ਦਿੱਤਾ ਹੈ ਕਛੂ ਕੰਮੇ ਦਾ ਜਿਹੜਾ ਕਛੂਆ ਹੈ ਉਹ ਆਪਣੇ ਬੱਚਿਆਂ ਨੂੰ ਬਾਹਰ ਜਨਮ ਦਿੰਦਾ ਹੈ ਸਮੁੰਦਰ ਦੇ ਕੰਢਿਆਂ ਤੇ ਬੱਚਿਆਂ ਨੂੰ ਜਨਮ ਦੇ ਕੇ ਆ ਪੰਦਰ ਚਲੇ ਜਾਂਦੇ ਨੇ ਤੇ ਬੱਚੇ ਬਾਹਰ ਪੜਦੇ ਨੇ ਤੇ ਕਛੂ ਕੰਮੇ ਦੇ ਬੱਚੇ ਮਾਂ ਨਹੀਂ ਆ ਉਹਨਾਂ ਦੀ ਨਾਲ ਤੇ ਬੱਚੇ ਫਿਰ ਵੀ ਪੜਦੇ ਨੇ ਮਹਾਰਾਜ ਕਹਿੰਦੇ ਨੇ ਕਹਿੰਦੇ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਜਿਵੇਂ ਪਾਣੀ ਦੇ ਵਿੱਚ ਰਹਿੰਦਾ ਹੈ ਉਹਦੇ ਤਨ ਬਾਹਰ ਰਹਿੰਦੇ ਨੇ ਬੱਚੇ ਬਾਹਰ ਰਹਿੰਦੇ ਨੇ ਫਿਰ ਵੀ ਉਹ ਪੜਦੇ ਨੇ ਉਹਨਾ ਪਾਲਣ ਵਾਲਾ ਵਿਧੀਆਂ ਪਰਮਾਤਮਾ ਨੇ ਬਣਾਈਆਂ ਹੋਈਆਂ ਨੇ ਭਗਤ ਧੰਨਾ ਜੀ ਨੇ ਦੂਜਾ ਉਦਾਹਰਣ ਦਿੱਤਾ ਹੈ ਆਖਾਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਹੀਂ ਪੱਥਰ ਦੇ ਵਿੱਚ ਕੀੜਾ ਰਹਿੰਦਾ ਤੇ ਗੁਪਤ ਹੋ ਕੇ ਰਹਿੰਦਾ ਕੋਈ ਮਾਰਗ ਵੀ ਨਹੀਂ ਹੈ ਤੇ ਉਹਨੂੰ ਉਹਨੂੰ ਰਾਸ਼ਨ ਮਿਲਦਾ ਹੈ ਇੱਕ ਗੱਲ ਹੋਰ ਯਾਦ ਰੱਖਣਾ ਆਪਾਂ ਕਹਾਂਗੇ ਉਹ ਤੇ ਜੰਗਲੀ ਜਾਨਵਰ ਨੇ ਨਹੀਂ ਪਰਮਾਤਮਾ ਦਾ ਜਿਹੜਾ ਹੁਕਮ ਜਾਨਵਰਾਂ ਤੇ ਲਾਗੂ ਹੈ ਉਹ ਹੀ ਬੰਦਿਆਂ ਤੇ ਹੈ ਕੋਈ ਮਨੁੱਖਾਂ ਵਾਸਤੇ ਅੱਡ ਤੋਂ ਹੁਕਮ ਨਹੀਂ ਹੈ ਜੋ ਹੁਕਮ ਜਾਨਵਰਾਂ ਤੇ ਲਾਗੂ ਹੈ ਉਹ ਹੀ ਮਨੁੱਖਾਂ ਤੇ ਹੈ ਉਹਦਾ ਸੰਵਿਧਾਨ ਬਰਾਬਰ ਹੈ ਜੇ ਕਛੂਆਂ ਨੂੰ ਉਹ ਪਾਲਦਾ ਹੈ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ 42 ਲੱਖ ਜੀਵ ਸਮੁੰਦਰ ਦੇ ਵਿੱਚ ਰਹਿੰਦੇ ਨੇ ਔਰ ਬਾਣੀ ਦੇ ਦੇ ਸ਼ਬਦ ਜਦੋਂ ਮਹਾਰਾਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੈਂ ਜੰਤੂ ਪਾਇਨ ਤਿਨਾ ਪੀ ਰੋਜੀ ਦੇ ਔਰ ਕਹਿੰਦੇ ਨੇ ਉੱਥੇ ਦੁਕਾਨਾਂ ਨਹੀਂ ਚਲਦੀਆਂ ਨਾ ਕੋਈ ਵਪਾਰ ਕਰਦਾ ਕਮਾਲ ਦੀ ਗੱਲ ਸਾਧ ਸੰਗਤ ਉੱਥੇ ਕੋਈ ਖੇਤੀ ਨਹੀਂ ਹੁੰਦੀ ਸਮੁੰਦਰ ਦੇ ਵਿੱਚ ਤੇ 42 ਲੱਖ ਜੀਵ ਨੇ ਸਮੁੰਦਰ ਚ ਕੋਈ ਖੇਤੀ ਨਹੀਂ ਹੁੰਦੀ ਕੋਈ ਇਹ ਨਹੀਂ ਰੋਟੀ ਪਾਣੀ ਦਾ ਬੰਦੋਬਸਤ ਨਹੀਂ ਇੱਕ ਦੂਜਾ ਦੂਜੇ ਜੀਵ ਨੂੰ ਖਾਈ ਜਾਂਦਾ ਉਹਨੇ ਆਪਣੇ ਆ ਵੀ ਬਣਤ ਬਣਾਈ ਹੋਈ ਹੈ ਤੇ 42 ਲੱਖ ਜੁਨੀਆਂ ਪਾਣੀ ਵਿੱਚ ਨੇ ਕਿਉਂਕਿ ਦੁਨੀਆ ਨਾ ਅਸੀਂ ਅਸੀਂ ਇਹ ਮਸਮਝਾ ਅਸੀਂ ਧਰਤੀ ਵਿੱਚ ਰਹਨੇ ਆ ਅਸੀਂ ਪਾਣੀ ਵਿੱਚ ਰਹਨੇ ਆ ਇਹ ਜਿਹੜੀ ਧਰਤੀ ਹੈ ਨਾ ਅਸੀਂ ਪਾਣੀ ਚ ਰਹ ਰਹੇ ਆ ਧਰਤੀ ਤੇ ਨਹੀਂ ਰਹ ਰਹੇ ਅਸੀਂ ਇੱਕ ਟਾਪੂ ਤੇ ਰਹ ਰਹੇ ਆ ਕਿਉਂਕਿ ਧਰਤੀ ਤਿੰਨ ਹਿੱਸੇ ਪਾਣੀ ਹੈ ਆ ਜਿਹੜੀ ਧਰਤੀ ਤੇ ਅਸੀਂ ਬੈਠੇ ਆ ਤਿੰਨ ਹਿੱਸੇ ਪਾਣੀ ਹੈ ਇੱਕ ਹਿੱਸਾ ਸੁੱਕਾ ਹੈ ਸਿਰਫ ਇਸ ਕਰਕੇ ਅਸੀਂ ਸਮੁੰਦਰ ਦੇ ਵਿੱਚ ਹੀ ਰਹਦੇ ਆਂ ਟਾਪੂ ਦੇ ਉੱਤੇ ਹੋ ਸਕਦਾ ਸਮੁੰਦਰ ਸਾਡੇ ਤੋਂ 2000 ਕਿਲੋਮੀਟਰ ਦੂਰ ਹੈ ਉਹ ਗੱਲ ਵੱਖਰੀ ਆਂ ਅਰੇ ਅਸੀਂ ਸਮੁੰਦਰ ਦੇ ਟਾਪੂ ਤੇ ਰਹੇ ਆਂ ਅਸੀਂ ਕਹਿੰਨੇ ਬੜੀ ਫਲਾਣਾ ਦੇਸ਼ ਤੇ ਟਾਪੂ ਤੇ ਆ ਨਹੀਂ ਸਾਰੇ ਹੀ ਦੇਸ਼ ਟਾਪੂ ਤੇ ਨੇ ਇਸ ਕਰਕੇ ਉਹ ਮਨੁੱਖ ਦੀ ਇਹ ਪਹਿਚਾਣ ਹੈ ਜਿਹੜਾ ਪ੍ਰਮਾਤਮਾ ਨਾਲ ਜੁੜ ਗਿਆ ਹੈ ਕਿ ਉਹ ਚਿੰਤਾ ਨਹੀਂ ਕਰੇਗਾ ਹੋਏ ਅਚਿੰਤ ਬਸੈ ਸੁਖ ਨਾਲ ਇਹ ਕਿਵੇਂ ਹੋਇਆ ਪਰਮਾਤਮਾ ਦੇ ਗੁਣ ਗਾਉਣ ਕਰਕੇ ਇਸ ਕਰਕੇ ਜਿਨੇ ਪਰਮਾਤਮਾ ਦੇ ਗੁਣ ਨਹੀਂ ਗਾਏ ਉਹ ਤੁਹਾਨੂੰ ਚਿੰਤਾ ਵਿੱਚ ਵਿਖੇਗਾ ਜਿਹਨੂੰ ਅਸੀਂ ਅਕਾਲ ਪੁਰਖ ਅਕਾਲ ਮੂਰਤ ਕਹ ਰਹੇ ਹਾਂ ਤੇ ਅਕਾਲ ਮੂਰਤ ਜਿਹੜਾ ਸਾਰਿਆਂ ਵਿੱਚ ਹੀ ਹੈ ਜਿਹੜਾ ਜੋਤ ਸਰੂਪੀ ਹੈ ਨਿਰੰજન ਹੈ ਉਹ ਫਿਰ ਸਾਡੇ ਵਿੱਚ ਹੀ ਹੈ ਹਰ ਥਾਂ ਤੇ ਹੈ ਉਹ ਜੇ ਉਹਦੇ ਹੁੰਦਿਆ ਵੀ ਮਨੁੱਖ ਚਿੰਤਾ ਕਰੇਗਾ ਫਿਰ ਇਹਦੀ ਚਿੰਤਾ ਕਦੇ ਨਹੀਂ ਮੁਟੇਗੀ ਮਹਾਰਾਜ ਦੀ ਦੂਜੀ ਗੱਲ ਹੋਏਗੀ ਪਹਿਲੀ ਗੱਲ ਤੇ ਪ੍ਰਮਾਤਮਾ ਨੂੰ ਯਾਦ ਕਰਦਿਆਂ ਹਉਮੈ ਨਿਕਲ ਜਾਏਗੀ ਦੂਜੀ ਗੱਲ ਮਨੁੱਖ ਦੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਿਰਾਸ ਹਰ ਨਾਮ ਸਮਾਲ ਹਰ ਸਮੇਂ ਉਹ ਰੱਬ ਦਾ ਨਾਮ ਚੇਤੇ ਕਰਦਾ ਰਹਿੰਦਾ ਉਹਦੀ ਵਡਿਆਈ ਵਿੱਚ ਰਹਿੰਦਾ ਤੀਜੀ ਗੱਲ ਮਹਾਰਾਜ ਕਹਿੰਦੇ ਨੇ ਛਾੜ ਸਿਆਣਪ सगਲੀ ਮਨਾ ਆਪਣੀਆਂ ਸਾਰੀਆਂ ਸਿਆਣਪਾਂ ਦਾ ਭਾਰ ਲਾ ਦੇ ਆਪਣੇ ਛਾੜ ਸਿਆਣਪ सगਲੀ ਮਨਾ ਸਾਧ ਸੰਗ ਪਾਵਹਿ ਸੱਚ ਤਨਾ ਆਪਣੀਆਂ ਸਿਆਣਪਾਂ ਐਵੇਂ ਕਰੀਏ ਐਵੇਂ ਕਰੀਏ ਇਹ ਸਿਆਣਪਾਂ ਦਾ ਭਾਵ ਲਾਦੇ ਮੈਸੇ ਮੈਂ ਅੱਜ ਇਹਨੂੰ ਨਹੀਂ ਕਲੀਅਰ ਕਰ ਪਾਵਾਂਗਾ ਕਿ ਸਿਆਣਪ ਬਿਲਕੁਲ ਹੀ ਛੱਡ ਦੇਣੀ ਚਾਹੀਦੀ ਹੈ ਕੱਲ ਨੂੰ ਆਪਾਂ ਇਹਦੇ ਉੱਤੇ ਹੋਰ ਗੱਲ ਕਰਾਂਗੇ ਪਰ ਅੱਜ ਇੰਨੇ ਕੀ ਅਸੀਂ ਗੱਲ ਕਰਦੇ ਆ ਸਾਧ ਸੰਗ ਪਾਵਹਿ ਸੱਚ ਤਨਾ ਸਤ ਸੰਗਤ ਦੇ ਵਿੱਚ ਆ ਕੇ ਸੱਚੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਹਰ ਪੂੰਜੀ ਸੰਚ ਕਰੋ ਬਿਵਹਾਰ ਇਹੀਂ ਆ ਸੁਖ ਦਰਗਾਹ ਜੈਕਾਰ ਜਿਵੇਂ ਜਿਵੇਂ ਰੱਬ ਦਾ ਨਾਮ ਜਪਾਂਗੇ ਨਾ ਅੰਦਰ ਗਿਆਨ ਪ੍ਰਗਟ ਹੋਏਗਾ ਪ੍ਰਕਾਸ਼ ਜਿਨ ਵਿੱਚ ਹੈ ਨੇ ਜਦੋਂ ਪ੍ਰਗਟ ਹੋਏਗਾ ਨਾ ਹਰ ਬਾਣੀ ਕਹਿੰਦੀ ਹੈ ਇੱਥੇ ਵੀ ਸੁਖ ਮਿਲ ਜਾਏਗਾ ਦਰਗਾਹ 'ਚ ਵੀ ਸੁਖ ਮਿਲੇਗਾ ਇਹੀਂ ਆ ਸੁਖ ਦਰਗਾਹ ਜੈਕਾਰ ਦਰਗਾਹ ਦੇ ਵਿੱਚ ਤੇਰੇ ਨਾਮ ਦੇ ਜਕਾਰੇ ਚੱਲਣਗੇ ਤੇਰੇ ਨਾਮ ਦੇ ਜਕਾਰੇ ਮਾਰਗੇ ਰੇ ਰੇ ਦਰਗਾਹ ਕਹੈ ਨਾ ਕਹੂ ਆਓ ਬੈਠ ਆਦਰ ਸ਼ੁਭ ਦੇਉ ਜਿਹੜੇ ਰੱਬ ਦਾ ਨਾਮ ਜਪਦੇ ਨੇ ਕੋਈ ਉਹਨਾਂ ਨੂੰ ਦਰਗਾਹ ਦੇ ਵਿੱਚ ਇਹ ਨਹੀਂ ਕਹੇਗਾ ਉਹ ਇੱਧਰ ਬੈ ਉਧਰ ਬੈ ਕਹਿੰਦੇ ਉਹਨਾਂ ਦਾ ਤਾਂ ਜੇਕਾਰ ਹੋਣਾ ਉੱਤੇ ਰੇ ਰੇ ਦਰਗਾਹ ਕਹੈ ਨਾ ਕਹੂ ਆਓ ਬੈਠ ਆਦਰ ਸ਼ੁਭ ਦੇਉ ਜਿਨ੍ਹਾਂ ਵੀ ਪਰਮਾਤਮਾ ਦਾ ਨਾਮ ਜਪਿਆ ਅੰਤ ਦੇ ਵਿੱਚ ਮਹਾਰਾਜ ਕਹਿੰਦੇ ਨੇ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਕੇ ਮਸਤਕ ਲੇਕ ਜਿਹਦੇ ਮੱਥੇ ਦੇ ਭਾਗ ਜਾਗ ਪੈਂਦੇ ਨੇ ਉਹਨੂੰ ਸਾਰਿਆਂ ਵਿੱਚ ਇੱਕੋ ਪਰਮਾਤਮਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਮੇਰੀਆਂ ਚਿੰਤਾਵਾਂ ਕਰਨ ਦਾ ਕੋਈ ਫਾਇਦਾ ਨਹੀਂ ਸਾਰਿਆਂ ਵਿੱਚ ਉਹ ਵਰਤਦਾ ਹੈ ਆਪ ਹੀ ਉਹ ਸਾਧਨ ਬਣਾਉਂਦਾ ਹੈ ਆਪ ਹੀ ਉਹ ਦੇਣ ਵਾਲਾ ਹੈ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਉਹ ਆਪ ਹੀ ਦਾਤਾ ਆਪ ਹੀ ਭੁਗਤਾ ਆਪ ਹੀ ਰਾਜਾ ਆਪ ਹੀ ਭਖਾਰੀ ਸਾਰਿਆਂ ਵਿੱਚ ਉਹ ਆਪ ਹੀ ਹੈ ਕਿਸੇ ਨੂੰ ਰਾਜਾ ਬਣਾ ਦਿੰਦਾ ਹੈ ਕਿਸੇ ਨੂੰ ਪਖਾਰੀ ਬਣਾ ਦਿੰਦਾ ਹੈ ਉਹਦੇਆਂ ਰੰਗਾਂ ਦਾ ਕੋਈ ਪਤਾ ਨਹੀਂ ਤਾਂ ਹੀ ਕਰਕੇ ਗੁਰੂ ਜੀ ਇਹ ਕਹਿੰਦੇ ਨੇ ਇਹਨੇ ਪਰਮਾਤਮਾ ਦੀ ਪ੍ਰਿਥਵੀ ਤੇ ਰਹਿੰਦੇ ਆ ਮਨੁੱਖ ਕਦੇ ਵੀ ਆਪਣੀ ਸ਼ਖਸੀਅਤ ਦਾ ਮਾਣ ਨਾ ਕਰੀ ਕਿਉਂਕਿ ਪਰਮਾਤਮਾ ਦਾ ਕੋਈ ਪਤਾ ਨਹੀਂ ਲੱਗਦਾ ਪਿਛਲਿਆਂ ਨੂੰ ਅੱਗੇ ਕਰ ਦਿੰਦਾ ਹੈ ਅਗਲਿਆਂ ਨੂੰ ਇੰਨੀ ਪਿੱਛੇ ਕਰ ਦਿੰਦਾ ਹੈ ਜ਼ਿੰਦਗੀ ਵਿੱਚ ਦੁਬਾਰਾ ਉੱਠਦੇ ਹੀ ਨਹੀਂ ਆ ਪਾਸ਼ੰਕਰੋਤ ਅਗਰੀਣਵਹ ਜਿਹੜੇ ਪਿੱਛੇ ਤੁਰੇ ਫਿਰਦੇ ਨੇ ਉਹਨਾਂ ਨੂੰ ਅੱਗੇ ਕਰ ਦਿੰਦਾ ਹੈ ਸ਼ਖਸ਼ੀਅਤ ਦਾ ਮਾਣ ਮਨੁੱਖ ਨੂੰ ਕਦੇ ਨਹੀਂ ਕਰਨਾ ਚਾਹੀਦਾ ਕਿਸੇ ਵੀ ਪ੍ਰਕਾਰ ਦਾ ਕਿਉਂ ਜੋ ਵੀ ਸ਼ਖਸ਼ੀਅਤ ਦਿੱਤੀ ਹੈ ਉਹ ਪਰਮਾਤਮਾ ਨੇ ਦਿੱਤੀ ਹੋਈ ਹੈ ਸੋ ਸਤਗੁਰੂ ਜੀ ਇਹ ਕਿਰਪਾ ਕਰਨ ਕੱਲੋਂ ਅਸੀਂ ਅੱਗੇ ਹੋਰ ਸਿਆਣਪ ਦੇ ਉੱਤੇ ਕੱਲੋਂ ਜ਼ਰੂਰ ਗੱਲ ਕਰਾਂਗੇ ਕਿਵੇਂ ਮਨੁੱਖੀ ਆਪਣੇ ਆਪ ਨੂੰ ਬੁੱਧੀ ਦੇ ਤਲ ਤੇ ਜਿਉਣਾ ਹੀ ਬੰਦ ਕਰ ਦਵੇ ਐਸਾ ਨਹੀਂ ਹੈ ਗੁਰੂ ਜੀ ਦਾ ਆਸ਼ਿਆ ਦੇ ਵਿੱਚ ਕੁਝ ਹੋਰ ਹੈ ਕਿਤੇ ਆਪਾਂ ਕੱਲ ਨੂੰ ਕਰਾਂਗੇ ਸਤਿਗੁਰੂ ਜੀ ਇਹ ਕਿਰਪਾ ਕਰਨ ਕਿਤੇ ਜ਼ਿੰਦਗੀ ਵਿੱਚ ਉਸ ਆਨੰਦ ਵਿੱਚ ਜੀਏ ਅੱਜ ਵਿੱਚ ਜੀਣਾ ਸ਼ੁਰੂ ਕਰ ਦਈਏ ਹਰ ਇੱਕ ਮਨੋਕ ਆਪਣੀ ਜ਼ਿੰਦਗੀ ਦੇ 10 ਸਾਲ ਅੱਗੇ ਜੀ ਰਿਹਾ ਹੈ ਕੋਈ 15 ਸਾਲ ਅੱਗੇ ਜੀ ਰਿਹਾ ਹੈ ਅੱਜ ਵਿੱਚ ਕੋਈ ਵਿਰਲਾ ਜੀ ਰਿਹਾ ਹੈ ਹਰੇਕ ਇਵੇਂ ਕਹਿੰਦਾ ਕੱਲ ਨੂੰ ਇਵੇਂ ਕਰ ਦਿਆਂਗੇ ਅੱਜ ਦੇਖੋ ਕੱਲ ਕੱਲ ਕਿਹਾ ਹੋਏਗਾ ਅੱਜ ਤੋਂ ਨਾ ਮਹੀਨਾ ਪਹਿਲਾਂ ਮਹੀਨੇ ਤੇ ਇਵੇਂ ਕਰਾਂਗੇ ਪਰ ਆ ਜੋ ਟਾਈਮ ਆ ਗਿਆ ਅੱਜਵੇਂ ਅੱਜ ਸਵੇਰ ਚੜ੍ਹ ਗਈ ਹੈ ਬੜਾ ਕੁਛ ਐਸਾ ਜਿਹੜਾ ਮਹੀਨੇ ਪਹਿਲਾਂ ਸੋਚਿਆ ਨਹੀਂ ਹੋਇਆ ਕਿਉਂਕਿ ਉਹਦੇ ਅਨਸਾਰ ਹੋ ਰਿਹਾ ਹੈ ਸਭ ਕੁਝ ਉਹਦੇ ਅੰਦਰ ਹੈ ਸਤਗੁਰੂ ਜੀ ਇਹ ਕਿਰਪਾ ਕਰਨ ਕਿਸੇ ਉਹਦੇ ਹੁਕਮ ਵਿੱਚ ਚੱਲ ਗਏ ਉਹ ਪਰਮੇਸ਼ਰ ਨੂੰ ਯਾਦ ਕਰੀਏ ਚੋਜੀ ਮੇਰੇ ਪਿਆਰਿਆ ਉਹ ਚੋਜੀ ਪ੍ਰੀਤਮ ਨੂੰ ਯਾਦ ਕਰੀਏ ਜਿਹੜਾ ਦੁਨੀਆਂ 'ਚ ਪਤਾ ਨਹੀਂ ਕੀ ਕੀ ਚੋਜ ਕਰੀ ਜਾਂਦਾ ਹੈ ਕਿਸੇ ਨੂੰ ਕੁਝ ਕਰੀ ਜਾਂਦਾ ਹੈ ਸੂਰਜ ਚੜਾਇਆ ਹੈ ਚੰਦਰਮਾ ਹੈ ਤਾਰੇ ਨੇ ਕਿੱਡਾ ਚੋਜ ਵਰਤਾਇਆ ਹੈ ਪ੍ਰਮਾਤਮਾ ਨੇ ਆ ਸਾਰੀ ਸ੍ਰਿਸ਼ਟੀ ਰਚੀ ਹੈ ਇਸ ਨੂੰ ਵੇਖ ਕੇ ਪ੍ਰਸੰਨ ਹੋਈਏ ਉਹਦੇ ਗੁਣਾਂ ਨੂੰ ਵੇਖ ਕੇ ਪ੍ਰਸੰਨ ਹੋਈਏ ਅਚਿੰਤ ਰਹੀਏ ਚਿੰਤਾਵਾਂ ਤੋਂ ਮੁਕਤ ਹੋ ਜਾਈਏ ਕਿਉਂ ਪਰਮਾਤਮਾ ਹੈ ਮੈਨੂੰ ਇੱਕ ਸ਼ਾਇਰ ਦੀ ਗੱਲ yaad ਹੁੰਦੀ ਹੈ ਕਹਿੰਦੇ ਜੇ ਪਰਮਾਤਮਾ ਨਹੀਂ ਫਿਰ ਜ਼ਿਕਰ ਕਿਉਂ ਜੇ ਉਹ ਹੈ ਫਿਰ ਫਿਕਰ ਕਿਉਂ ਜੇ ਉਹ ਹੈ ਫਿਕਰਾਂ ਨਹੀਂ ਕਰਨੀਆਂ ਚਾਹੀਦੀਆਂ ਉਹਦਾ ਨਾਮ ਲਈਏ ਉਹਨੂੰ ਯਾਦ ਕਰੀਏ ਸਾਰਿਆਂ ਕੰਮਾਂ ਵਿੱਚ ਉਹ ਸਵਾਰਦਾ ਹੈ ਇਨੀਆਂ ਬੇਨਤੀਆਂ ਪ੍ਰਵਾਹ ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਗੁਰੂ ਜੀ ਕਿਰਪਾ ਕਰਨ ਜਿੰਨੇ ਸਤ ਸੰਗੀ ਆ ਪਾਉਂਦੇ ਹੋ ਸਾਰਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ ਉਦਮ ਉਪਰਾਲੇ ਬਖਸ਼ਣ ਇਸੇ ਤਰੀਕੇ ਨਾਲ ਸਤ ਸੰਗਤ ਵਿੱਚ ਆ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਨੇ ਜਿਹੜੇ ਅਲਾਹੀ ਬੋਲ ਨੇ